ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਣੇ ਰਹਿਣ ਲਈ ਤੁਹਾਡਾ ਧੰਨਵਾਦ ਆਏ ਦਿਨਸ ਤੋਂ ਨਵੀਂ ਨੋਟੀਫਿਕੇਸ਼ਨ ਦਿੰਨੇ ਆਂ ਭਾਵੇਂ ਕਿਸੇ ਰਿਜ਼ਲਟ ਨੂੰ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਜੌਬ ਹੋਵੇ ਤੇ ਅੱਜ ਵੀ ਜਿਹੜੀ ਅਸੀਂ ਤੁਹਾਡੇ ਲਈ ਨਿਊਜ਼ ਲੈ ਕੇ ਆਏ ਆਂ ਇਹ ਤੁਹਾਡੇ ਮੂਰੇ ਹੈ ਕਿ ਟਟ ਪਾਸ ਬੇਰੋਜ਼ਗਾਰਾਂ ਨੇ ਕੀਤੀ ਭੁੱਖ ਹੜਤਾਲ ਇਹ ਕਿਸੇ ਨਿਊਜ਼ਪੇਪਰ ਦੀ ਜਿਹੜੀ ਨਿਊਜ਼ ਹੈ ਇਹ ਪੂਰੀ ਨਿਊਜ਼ ਹੈ ਕਿ ਤੁਸੀਂ ਲਾਸਟ ਤੱਕ ਵੇਖੋ ਤੇ ਬਨੇ ਰਹੋ ਲਾਸਟ ਤੱਕ ਕੀ ਪੂਰੀ ਨਿਊਜ਼ ਤੁਹਾਨੂੰ ਅਸੀਂ ਦੱਸਾਂਗੇ ਇਸ ਤੋਂ ਵੱਧ ਕੇ ਵੀ ਇੱਕ ਖਬਰ ਹੈ ਉਹ ਵੀ ਤੁਹਾਨੂੰ ਅਸੀਂ ਨਾਲ ਹੀ ਦੱਸਾਂਗੇ ਤੇ ਇਹਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਖ਼ਬਰ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਵਿੱਚ ਫੋਟੋ ਆਈ ਹੈ ਜਿਹੜੀ ਕੈਪਟਨ ਸਰਕਾਰ ਅਵਿਰੁੱਧ ਨਾਰੇਬਾਜ਼ੀ ਕਰਦੇ ਹੋਏ ਟਟਪਾਸ ਅਧਿਆਪਕਾਂ ਵਿੱਚ ਫੋਟੋ ਲੱਗੀ ਹੈ ਤੇ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਪਟਿਆਲਾ ਦੀ ਖ਼ਬਰ ਹੈ ਈਟੀਟੀ ਟਟਪਾਸ ਬੇਰੋਜ਼ਗਾਰ ਅਧਿਆਪਕਾਂ ਨੇ ਅੱਜ ਮੰਗਾਂ ਨੂੰ ਲੈ ਕੇ ਭੁਖੜ ਹੜਤਾਲ ਤੇ ਬੈਠੇ ਜਿਨ੍ਹਾਂ ਨੂੰ ਦੁਪਹਿਰ ਸਮੇਂ ਐਸ ਡੀ ਐਮ ਅਨਮੋਲ ਸਿੰਘ ਢਾਲੀਵਾਲ ਵੱਲੋਂ 8 ਅਕਤੂਬਰ ਨੂੰ ਪੈਨਲ ਮੀਟਿੰਗ ਕਰਾਉਣ ਦਾ ਪ੍ਰੋਕਸਾ ਦੇਣ ਤੇ ਹੜਤਾਲ ਖਤਮ ਕਰ ਦਿੱਤੀ ਗਈ। ਈਟੀਟੀ ਟਟਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲੰਬੇ ਸਮੇਂ ਤੋਂ ਈਟੀਟੀ ਪੋਸਟਾਂ ਦੀ ਮੰਗ ਕਿਤੇ ਜਾਣ ਦੇ ਬਾਵਜੂਦ ਵੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਜਿਸ ਕਰਕੇ ਨਿਰਾਸ਼ ਹੋਏ ਬੇਰੋਜ਼ਗਾਰ ਅਧਿਆਪਕ ਗੁਰਦੁਆਰਾ ਸ਼ਰੀ ਦੁੱਖ ਨਿਵਾਰਨ ਸਾਹਿਬ ਤੋਂ ਮਿੰਨੀ ਸਕੱਤਰੇਤ ਵੱਲ ਜਾਂਦੀ ਸੜਕ ਕੋਲ ਅਨਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠ ਗਏ ਹਨ ਅਤੇ ਕੈਪਟਨ ਸਰਕਾਰ ਬੋਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਨਾਲ ਇਸ ਤੁਹਾਨੂੰ ਦੱਸ ਦਈਏ ਕਿ ਜਿਹੜੀ ETT ਸਾਨੂੰ ਬਹੁਤ ਸਾਰੇ ਲੋਕ ਜਿਹੜੇ ਕਮੈਂਟ ਕਰਦੇ ਕਿ ਸਰ ETT ਦੀਆਂ ਪੋਸਟਾਂ ਕਦੋਂ ਨਿਕਲਣਗੀਆਂ ਤੁਹਾਨੂੰ ਅਸੀਂ ਦੱਸ ਦਈਏ ਜਿਹੜੀ ਪਟਿਆਲੇ ਵਿਖੇ ਕੱਲ ਭੁਖੜਤਾਲ ਹੋਈ ਹੈ ਉਹਨਾਂ ਨੇ ਅੱਗੋਂ 8 ਤਰੀਕ ਨੂੰ ਜਿਹੜਾ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਹੈ ਜਿਹੜੇ ਉੱਥੋਂ ਦੇ ਆ ਵੇਖੋ ਪਿੱਛੇ ਜਿਹੜੀ ਖਬਰ ਪੜ੍ਹੀ ਸੀ ਆਪਾਂ ਐਸ ਡੀ ਐਮ ਐ ਉਹਨਾਂ ਨੇ ਤੇ ਨਾਲ ਹੀ ਤੁਹਾਨੂੰ ਅਸੀਂ ਦੱਸ ਦਈਏ ਕਿ 8 ਤਰੀਕ ਤੋਂ ਬਾਅਦ ਵੀ ਜੇ ਉਹ ਗੱਲ ਨਹੀਂ ਸੁਣਦੇ ਤਾਂ ਜਿੰਨੇ ਵੀ ਆਈਟੀਟੀ ਟੈਟ ਪਾਸ ਬੇਰੋਜ਼ਗਾਰ ਅਧਿਆਪਕਾ ਉਹਨਾਂ ਨੂੰ ਹਉਮ ਹਮਾ ਕੇ ਉੱਥੇ ਪਹੁੰਚਣਾ ਪਊ ਕਿਉਂਕਿ ਜੇ 8 ਤਰੀਕ ਨੂੰ ਵੀ ਕੋਈ ਸੁਣਵਾਈ ਨਹੀਂ ਹੁੰਦੀ ਜਾਂ ਮੀਟਿੰਗ ਟਾਲ ਦਿੱਤੀ ਜਾਂਦੀ ਹੈ ਤਾਂ ਇੱਥੋਂ ਪਤਾ ਲੱਗੂ ਵੀ ਸਰਕਾਰ ਧਿਆਨ ਨਹੀਂ ਦੇ ਰਹੀ ਤਾਂ ਜੀ ਆਪਾਂ ਆਪਦੇ ਵੱਲ ਧਿਆਨ ਦਿਮਾਉਣਾ ਹੈ ਭਾਵੇਂ ਉਹ बीएड ਵਾਲੇ ਹੈ ਭਾਵੇਂ ਈਟੀਟੀ ਵਾਲੇ ਹੈ ਤਾਂ ਉਹਨਾਂ ਨੂੰ ਹੁਮ ਹਮਾ ਕੇ ਪਹੁੰਚਣਾ ਪਊ ਤਾਂ ਅੱਗੋਂ ਵੀ ਆਪਾਂ ਖ਼ਬਰ ਪੜ੍ਹਦੇ ਹਾਂ ਕਿ ਹੈ ਕਿ ਬੇਰੁਜ਼ਗਾਰ ਈਟੀਟੀ ਟੈਟਪਾਸ ਅਧਿਆਪਕ ਯੂਨੀਅਨ ਦੇ ਜਨਰਲ ਸਕੱਤਰ ਗੁਰਪ੍ਰੀਤ ਗੁਰਾਇਆ ਨੇ ਅਵੇਖੋ ਖ਼ਬਰ ਦਾ ਨਾਮ ਵੀ ਰੱਖਿਆ ਲਿਖਿਆ ਹੈ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁਕਰੰਤੇ ਰੋਸਵਰੂ ਬੇਰਜ਼ਗਾਰਾਂ ਨੇ ਭੁਖੜਤਾਰ ਰੱਖਦਿਆਂ ਅਨਮਿੱਥੇ ਸਮੇਂ ਲਈ ਧਰਨਾ ਆਰੰਭ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਹੈ ਕਿ ਬੇਰਜ਼ਗਾਰ ਟਟਪਾਸ ਅਧਿਆਪਕਾਂ ਦੀ ਰੋਜ਼ਗਾਰ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸ਼ਾਂਤਮਈ ਧਰਨਾਕਾਰੀਆਂ ਤੇ ਤੱਕੇਸ਼ਾਹੀ ਕੀਤੀ ਤਾਂ ਬੇਰਜ਼ਗਾਰ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ ਪਹਿਲੇ ਦਿਨ ਭੁੱਖ ਹੜਤਾਲ ਤੇ ਮਤਲਬ ਨਾਮ ਵੀ ਉਹਨਾਂ ਨੇ ਦਿੱਤੇ ਕਿ ਜੋ ਲੋਕ ਬੈਠੇ ਸੀ ਭੁੱਖ ਹੜਤਾਲ ਤੇ ਅੱਗੋਂ ਤੁਸੀਂ ਦੇਖਿਓ ਉਹਨਾਂ ਦੇ ਨਾਮ ਕੀ ਐ ਕਿ ਪਹਿਲਾਂ ਲਿਖਿਆ ਹੜਤਾਲ ਤੇ ਸੋਨਿਆ ਗੁਰਦੀਪ ਕੌਰ ਹਰਪ੍ਰੀਤ ਸਿੰਘ ਗੁਰਪ੍ਰੀਤ ਇਹ ਸਾਰੇ ਪਟਿਆਲੇ ਦੇ ਐ ਤੇ ਅੱਗੋਂ ਰਮਨ ਵਰਮਾ ਜੋ ਕਿ ਫਾਜ਼ਿਲਕਾ ਦੇ ਐ ਉਹ ਬੈਠੇ ਅੱਗੋਂ ਨਾਮ ਵੀ ਦਿੱਤੇ ਉਹਨਾਂ ਨੇ ਇਹ ਜਿਹੜੀ ਨਿਊਜ਼ ਐ ਅਖਬਾਰ ਦੀ ਐ ਸਾਸੀ ਤੁਹਾਨੂੰ ਕਹਾ ਸੀ ਤੁਹਾਡੇ ਮੂਰੇ ਹਰ ਨਿਊਜ਼ ਰੱਖਾਂਗੇ ਕੋਈ ਵੀ ਆਈ ਤੇ ਨਿਊਜ਼ ਅਖਬਾਰ ਦੀ ਅਸੀਂ ਤੁਹਾਡੇ ਮੂਹਰੇ ਰੱਖੀ ਹੋਰ ਵੀ ਨਿਊਜ਼ ਆਈ ਹੁਣ ਸਾਡਾ ਧਿਆਨ ਹੋਊਗਾ 8 ਤਰੀਕ ਨੂੰ ਜਿਹੜੀ ਪੈਨਲ ਮੀਟਿੰਗ ਦਾ ਭਰੋਸਾ ਦਿੱਤਾ ਹੈ ਉਹ ਮੀਟਿੰਗ ਦਾ ਨਤੀਜਾ ਕੀ ਨਿਕਲਦਾ ਹੁਣ ਸਾਡੇ ਚੈਨਲ ਦਾ ਧਿਆਨ ਉਧਰ ਹੋਊ ਪੂਰਾ ਤੇ ਬਨੇ ਰਹੋ ਸਾਡੇ ਨਾਲ ਅਸੀਂ ਹੋਰ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਧੰਨਵਾਦ